ਮੈਂ ਆਪਣੀ ਪਾਰਟੀ 'ਚ ਪੱਖ ਰੱਖਿਆ ਸੀਗਾ ਕਿ ਇਹ ਇਲੈਕਸ਼ਨ ਲੜਨ ਦਾ ਮੌਕਾ ਅਤੇ ਸਮਾਂ ਨਹੀਂ ਗਾ, ਕਿਉਂਕਿ ਸਾਡਾ ਜਿਹੜਾ ਔਰਗਨਾਈਜੇਸ਼ਨ ਸਟਰਕਚਰ ਹੈ ਉਹ ਬਹੁਤ ਵੀਕ ਹੋ ਗਿਆ ਆਫਟਰ 2017 ਅਸੈਂਬਲੀ ਇਲੈਕਸ਼ਨ ਤੋਂ ਬਾਅਦ, ਉਹ ਕਮਜ਼ੋਰ ਹੀ ਹੁੰਦਾ ਗਿਆ। ਇਸ ਲਈ ਮੈਂ ਉਹਨਾਂ ਨੂੰ ਬਹੁਤ, ਔਰ ਭਗਵੰਤ ਮਾਨ ਨੇ ਵੀ ਉਹਨਾਂ ਨੂੰ ਸਲਾਹ ਦਿੱਤੀ ਸੀ ਕਿ ਇਸ ਇਲੈਕਸ਼ਨ ਨੂੰ ਨਾ ਲੜੋ, ਪਰ ਅਨਫੋਰਚੁਨੇਟਲੀ ਪਾਰਟੀ ਨੇ ਫਿਰ ਫੈਸਲਾ, ਜਿਹੜੇ ਸਾਡੇ ਨਵੇਂ ਬਣੇ ਸੀ ਇੱਥੇ ਕੋ ਪ੍ਰੈਜ਼ੀਡੈਂਟ ਔਰ ਦਿੱਲੀ ਵਾਲਿਆਂ ਨੇ ਮਿਲ ਕੇ ਫੈਸਲਾ ਸਾਡੇ ਤੋਂ ਬਾਹਰ ਹੋ ਕੇ ਲੈ ਚੁੱਕੇ ਸੀਗੇ, ਔਰ ਜਦੋਂ ਪਾਰਟੀ ਨੇ ਕੋਈ ਫੈਸਲਾ ਲੈ ਲਿਆ ਵਾ ਦੈਨ ਵੀ ਹੈਡ ਟੂ ਗੋ ਬਾਏ ਦ ਪਾਰਟੀ, ਪਰ ਅਦਰਵਾਈਜ਼ ਅਸੀਂ ਇਹਦੇ ਖਿਲਾਫ਼ ਸੀ। ਦੇਖੋ ਮੈਂ ਤਾਂ ਇਸ ਗੱਲ ਦਾ ਮੁੱਦਾ ਹੀ ਹਾਂ ਕਿ ਅਸੀਂ ਦਿੱਲੀ ਵੀ ਬਹੁਤ ਵਾਰ ਉਹਨਾਂ ਨੂੰ ਕਿਹਾ ਵਾ ਕਿ ਸਾਨੂੰ ਸਾਡੀ ਪਾਰਟੀ ਪੰਜਾਬ ਦੀ ਇਕਾਈ ਨੂੰ ਆਪ ਚਲਾ ਲੈਣ ਦਿਓ, ਅਸੀਂ ਤੁਹਾਡੇ ਨਾਲ, ਅਸੀਂ ਤੁਹਾਡਾ ਇੱਕ ਹਿੱਸਾ ਵਾਂ, ਪਰ ਕਿਤੇ ਨਾ ਕਿਤੇ ਦਿੱਲੀ ਦੀ ਲੀਡਰਸ਼ਿਪ ਨੂੰ ਹਲੇ ਇਹ ਗੱਲ ਸਮਝ ਨਹੀਂ ਆ ਰਹੀ। ਔਰ ਜਿਹੜਾ ਪਿਛਲਾ ਸਾਲ 13 ਆਫਟਰ ਇਲੈਕਸ਼ਨ 13-14 ਮਹੀਨੇ ਆ, ਇਹ ਦੇਖਣ ਨੂੰ ਐਂ ਲੱਗਦਾ ਕਿ ਇਹ ਪੰਜਾਬ ਦੇ ਲੋਕ ਚਲਾ ਰਹੇ ਨੇ, ਲੇਕਿਨ ਸਾਰੇ ਫੈਸਲੇ ਅਤੇ ਜਿੰਨੇ ਲੋਕਾਂ ਨੂੰ ਸਟਰਕਚਰ ਦੇ ਵਿੱਚ ਹਿੱਸਾ ਦਿੱਤਾ ਗਿਆ, ਜਿਹੜੇ ਲੋਕਾਂ ਨੂੰ ਨੋਮੀਨੇਟ ਕੀਤਾ ਗਿਆ, ਅਹੁਦੇਦਾਰੀਆਂ ਦਿੱਤੀਆਂ, ਉਹ ਸਾਰੇ ਹੁਕਮ ਉੱਥੋਂ ਦਿੱਲੀਓਂ ਆਉਂਦੇ ਰਹੇ। ਮੈਂ ਉਹਨਾਂ ਨੂੰ ਵੀ ਬਲੇਮ ਨਹੀਂ ਕਰਦਾ, ਪਰ ਕਿਤੇ ਨਾ ਕਿਤੇ ਮੈਂ ਦੱਸਣਾ ਚਾਹੁੰਦਾ ਪੰਜਾਬ ਦੇ ਲੋਕਾਂ ਨੂੰ ਕਿ ਜੇ ਤੁਸੀਂ ਸਮਝਦੇ ਹੋ ਕਿ ਆਮ ਆਦਮੀ ਪਾਰਟੀ ਪੰਜਾਬ ਦੀ, ਪੰਜਾਬ ਦੇ ਲੋਕ ਬਾਗਡੋਰ ਚਲਾ ਰਹੇ ਨੇ, ਇਹ ਗੱਲ ਠੀਕ ਨਹੀਂ ਹੈ। ਔਰ ਅੱਜ ਇਹ ਵੀ ਮੈਂ ਕਹਿਣ ਤੋਂ ਗੁਰੇਜ਼ ਨਹੀਂ ਕਰਦਾ ਕਿ ਜਿਹੜਾ ਅਰਵਿੰਦ ਕੇਜਰੀਵਾਲ ਉਹਨਾਂ ਨੇ ਮਾਫ਼ੀ ਮੰਗੀ ਸੀਗੀ ਮਜੀਠੀਏ ਤੋਂ, ਉਹਦਾ ਵੀ ਮਜਮੂਈ ਤੌਰ 'ਤੇ ਪੰਜਾਬ ਦੇ ਲੋਕਾਂ ਦੇ ਉੱਤੇ ਅਸਰ ਪਿਆ, ਔਰ ਉਸਨੇ ਸਾਡਾ ਗ੍ਰਾਫ ਥੱਲੇ ਲਿਆਉਣ ਵਿੱਚ ਵੀ ਰੋਲ ਅਦਾ ਕੀਤਾ। ਹੋਰ ਬਹੁਤ ਸਾਰੀਆਂ ਕਮਜ਼ੋਰੀਆਂ ਸਾਡੇ 'ਚ, ਬਹੁਤ ਸਾਰੀਆਂ ਆਪਣੀਆਂ ਕਮਜ਼ੋਰੀਆਂ ਵੀ ਹੋ ਸਕਦੀਆਂ, ਲੇਕਿਨ ਮੇਰਾ ਇਹ ਮੰਨਣਾ ਵਾ ਕਿ ਸਾਨੂੰ ਲੋਕਾਂ ਦੇ ਇਸ਼ੂ ਬੇਸਡ ਪੋਲਿਟਿਕਸ ਦੇ ਉੱਤੇ ਫੋਕਸ ਰੱਖਣਾ ਚਾਹੀਦਾ। ਜਿੱਦਾਂ ਅਸੀਂ ਪਾਣੀਆਂ ਦੀ ਲੜਾਈ ਛੇੜੀ ਆ, ਜਾਂ ਉਸ ਤੋਂ ਪਹਿਲਾਂ ਕਰਪਸ਼ਨ ਦੀ ਲੜਾਈ ਛੇੜੀ ਸੀਗੀ, ਇਹਦੇ 'ਤੇ ਨਿਰੰਤਰ ਕੰਮ ਕਰਦੇ ਰਹਿਣਾ ਚਾਹੀਦਾ। ਜਿਹੜੀ 2019 ਹੈ ਉਹ ਸਹੀ ਮਹੀਨਿਆਂ ਵਿੱਚ ਇਮਤਿਹਾਨ 2019 ਆ, ਉਦੋਂ ਪਤਾ ਲੱਗੇਗਾ ਕਿ ਕਿਹੜੀ ਪਾਰਟੀ ਕਿੱਥੇ ਖੜੀ ਆ। ਜੇ ਆਪਾਂ ਜ਼ਿਮਨੀ ਚੋਣਾਂ ਦੀ ਗੱਲ ਕਰੀਏ ਤਾਂ ਕਾਂਗਰਸ ਹੁਣੇ ਹੀ ਉੱਤਰ ਪ੍ਰਦੇਸ਼ ਦੇ ਵਿੱਚ ਗੋਰਖਪੁਰ ਅਤੇ ਫੂਲਪੁਰ ਵਿੱਚ ਉਹਨਾਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ। ਜਿੱਦਾਂ ਜਿੰਨੀ ਕੁ ਵੋਟ ਸਾਨੂੰ ਪਈ ਇੱਥੇ ਪਾਰਲੀਮੈਂਟ ਦੇ ਹਿਸਾਬ ਦੇ ਨਾਲ, ਕਾਂਗਰਸ ਨੂੰ ਗੋਰਖਪੁਰ ਅਤੇ ਫੂਲਪੁਰ ਦੀਆਂ ਲੋਕ ਸਭਾ ਇਲੈਕਸ਼ਨ ਦੀਆਂ ਬਾਈ ਇਲੈਕਸ਼ਨ ਵਿੱਚ ਇੰਨੀ ਵੋਟ ਪਈ ਹੈ। ਇਸ ਲਈ ਬਾਈ ਇਲੈਕਸ਼ਨ ਟੂ ਮਾਈ ਮਾਈਂਡ ਦੀ ਰਿਜ਼ਲਟਸ ਆਰ ਕੁਆਈਟ ਮੀਨਿੰਗਲੈਸ, ਉਹਦਾ ਕੋਈ ਲੋਕਾਂ ਦੇ ਉੱਤੇ ਬਹੁਤ ਜ਼ਿਆਦਾ ਪ੍ਰਭਾਵ ਨਹੀਂ ਹੈ। 3-4 ਦਿਨ ਲੋਕਾਂ ਦੇ ਮਾਰਾਂ 'ਚ ਰਹਿਣੀ ਆ, ਤਾਂ ਬਾਈ ਦੈਨ ਦੇ ਵਿਲ ਫੋਗੇਟ, ਔਰ ਫਿਰ ਗੱਲਾਂ ਦੂਜੀਆਂ ਸਟਾਰਟ ਕਰ ਦਿੰਦੀਆਂ। ਠੀਕ ਹੈ, ਨਹੀਂ ਸਾਨੂੰ ਕੋਈ ਸਮਰਥਨ ਕਰਨ ਵਿੱਚ ਅਸੀਂ ਆਨਾਕਾਨੀ ਨਹੀਂ ਕੀਤੀ। ਪਹਿਲੀ ਗੱਲ ਤਾਂ ਅਸੀਂ ਉਹਨਾਂ ਨੂੰ ਕਿਹਾ ਸੀਗਾ ਕਿ ਇਲੈਕਸ਼ਨ ਨਾ ਲੜੋ, ਔਰ ਜਦੋਂ ਉਹਨਾਂ ਨੇ ਜਿੱਦ ਕਰਕੇ ਕਿਹਾ ਕਿ ਅਸੀਂ ਇਲੈਕਸ਼ਨ ਲੜਨੀ ਆ, ਫਿਰ ਉਹਨਾਂ ਨੂੰ ਮੈਂ ਸਮਝਾਇਆ ਸੀਗਾ ਕਿ ਤੁਸੀਂ ਮੇਰੀਆਂ ਕੋਈ ਵੀ ਜਿਹੜੀਆਂ ਜਿੱਥੇ ਕਹੋਗੇ ਮੈਂ ਮੀਟਿੰਗਸ 'ਤੇ ਆਉਣ ਵਾਸਤੇ ਤਿਆਰ ਹਾਂ। ਆਫਟਰ ਆਲ ਮੈਂ ਹੁਣ ਲੀਡਰ ਆਫ ਆਪੋਜੀਸ਼ਨ ਹਾਂ, ਜੇ ਮੈਂ ਉੱਥੇ ਇਕੱਲੇ ਘਰ ਵਿੱਚ ਜਾਵਾਂ ਤਾਂ ਉਹ ਵੀ ਪੋਸੀਬਲ ਨਹੀਂ ਸੀਗਾ, ਅਤੇ ਪਾਰਟੀ ਦੀ ਉੱਥੇ ਲੀਡਰਸ਼ਿਪ ਜਾਂ ਲੋਕਾਂ ਨਾਲ ਇੰਨਾ ਡਿਸਕਨੈਕਟ ਸੀਗਾ ਕਿ ਉਹ ਮੀਟਿੰਗ ਹੀ ਨਹੀਂ ਕਰਾ ਸਕੇ। ਲਾਸਟ ਕਪਲ ਇੱਕ 2 ਦਿਨ ਪਹਿਲਾਂ ਉਹਨਾਂ ਨੇ ਰੋਡ ਸ਼ੋਅ 'ਤੇ ਕਿਹਾ ਸੀ, ਸਾਰੇ ਰੋਡ ਸ਼ੋਅ 'ਤੇ ਗਏ ਸੀਗੇ। ਇਸ ਲਈ ਉੱਥੇ ਤਾਂਹੀਓ ਜਾਂਦੇ ਨਾ ਜੇ ਉੱਥੇ ਕੋਈ ਮੀਟਿੰਗ ਔਰਗਨਾਈਜ਼ ਕਰ ਸਕਦੇ। ਸੋ ਮੈਂ ਸਮਝਦਾ ਕਿ ਫੰਡਾਮੈਂਟਲੀ ਪਾਰਟੀ ਨੂੰ ਇਹ ਇਲੈਕਸ਼ਨ ਬਾਈ ਇਲੈਕਸ਼ਨ ਨਹੀਂ ਸੀ ਲੜਨੀ ਚਾਹੀਦੀ।